ਪਹਿਲਾਂ ਮਾਰੀ ਕਾਰ ਨੂੰ ਟੱਕਰ ਤੇ ਫਿਰ ਜਦੋਂ ਕਾਰਨ ਪੁੱਛਿਆ ਤਾਂ ਉਸ ਤੋਂ ਬਾਅਦ ਦੇ ਵਿੱਚ ਨੌਜਵਾਨ ਤੇ ਗੋਲੀਆਂ ਹੀ ਚਲਾ ਦਿੱਤੀਆਂ। ਦੱਸ ਦਈਏ ਕਿ ਮਾਮਲਾ ਕੁਝ ਇਸ ਤਰ੍ਹਾਂ ਸਾਹਮਣੇ ਆਇਆ ਕਿ ਪਹਿਲਾਂ ਤਾਂ ਅੱਗੇ ਜਾ ਰਹੀ ਕਾਰ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਮਾਰੀ ਜਾਂਦੀ ਹੈ, ਹਾਲਾਂਕਿ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਪਰ ਜਦੋਂ ਅੱਗੇ ਜਾ ਕੇ ਟ੍ਰੈਫਿਕ ਆ ਜਾਂਦਾ ਹੈ ਤਾਂ ਦੋਵੇਂ ਕਾਰਾਂ ਉੱਥੇ ਖੜੀਆਂ ਹੋ ਜਾਂਦੀ ਹੈ। ਜਿਸ ਕਾਰ ਦੇ ਵਿੱਚ ਟੱਕਰ ਮਾਰੀ ਜਾਂਦੀ ਹੈ ਉਸਦਾ ਚਾਲਕ ਉੱਤਰ ਕੇ ਦੂਸਰੀ ਕਾਰ ਵਾਲੇ ਨੂੰ ਪੁੱਛਦਾ ਕਿ ਆਖਿਰ ਟੱਕਰ ਕਿਉਂ ਮਾਰੀ ਗਈ ਹੈ। ਹਾਲਾਂਕਿ ਇੰਨੇ ਦੇ ਵਿੱਚ ਦੋਵਾਂ ਦੇ ਵਿਚਕਾਰ ਤੂਤੂ ਮਹਿਮਾ ਹੁੰਦੀ ਹੈ। ਤੂਤੂ ਮਹਿਮਾ ਤੋਂ ਬਾਅਦ ਹਾਲਾਤ ਇਸ ਕਦਰ ਬਦਲ ਜਾਂਦੇ ਨੇ ਕਿ ਇੱਕ ਕਾਰ ਸਵਾਰ ਸ਼ਖਸ ਦੇ ਵੱਲੋਂ ਦੂਜੇ ਕਾਰ ਸਵਾਰ ਦੇ ਉੱਤੇ ਗੋਲੀ ਚਲਾ ਦਿੱਤੀ ਜਾਂਦੀ ਹੈ। ਹਾਲਾਂਕਿ ਜਿਵੇਂ ਹੀ ਗੋਲੀ ਚੱਲਦੀ ਹੈ ਤਾਂ ਉਸਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ, ਪਰ ਇੰਨੇ ਦੇ ਵਿੱਚ ਕਾਰ ਸਵਾਰ ਮੌਕੇ ਦੇ ਉੱਤੋਂ ਫਰਾਰ ਹੋ ਜਾਂਦੇ ਨੇ, ਜਿਸ ਤੋਂ ਬਾਅਦ ਹੁਣ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਹੈ ਤਾਂ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਾਂ ਦੱਸ ਦਈਏ ਕਿ ਜੋ ਨੌਜਵਾਨ ਜ਼ਖਮੀ ਹੋਇਆ ਉਸਨੇ ਖੁਦ ਦੱਸਿਆ ਕਿ ਉਹ ਕਾਰ ਦੇ ਵਿੱਚ ਆ ਰਿਹਾ ਸੀ, ਪਰ ਪਿੱਛੋਂ ਤੋਂ ਆ ਰਹੀ ਇੱਕ ਕਾਰ ਨੇ ਉਸਨੂੰ ਟੱਕਰ ਮਾਰੀ। ਜਦੋਂ ਅੱਗੇ ਜਾ ਕੇ ਟ੍ਰੈਫਿਕ ਆ ਗਿਆ ਤਾਂ ਉਸਨੇ ਉਹਨਾਂ ਨੂੰ ਰੋਕ ਕੇ ਟੱਕਰ ਮਾਰਨ ਦਾ ਕਾਰਨ ਪੁੱਛਿਆ, ਕਿਉਂਕਿ ਗੱਡੀ ਦਾ ਵੱਡਾ ਨੁਕਸਾਨ ਹੋ ਗਿਆ ਸੀ। ਪਰ ਇੰਨੇ ਦੇ ਵਿੱਚ ਹੀ ਉਹ ਗੁੱਸੇ ਦੇ ਵਿੱਚ ਆ ਗਏ ਅਤੇ ਉਸ ਨੌਜਵਾਨ ਦੇ ਪੈਰ ਦੇ ਵਿੱਚ ਗੋਲੀ ਮਾਰ ਕੇ ਫਰਾਰ ਹੋ ਗਏ ਨੇ। ਤਾਂ ਦੱਸ ਦਈਏ ਕਿ ਮਾਮਲਾ ਫਿਰੋਜ਼ਪੁਰ ਤੋਂ ਸਾਹਮਣੇ ਆਇਆ, ਜਿੱਥੇ ਕਿ ਦਿਨ ਦਿਹਾੜੇ ਇੱਕ ਸ਼ਖਸ ਦੇ ਗੋਲੀਆਂ ਮਾਰੀਆਂ ਗਈਆਂ ਨੇ। ਮੇਰਾ ਨਾਮ ਰਾਜਵੀਰ ਸਿੰਘ ਹੈ ਜੀ। ਗੱਲਬਾਤ ਕੋਈ ਨਹੀਂ, ਅਸੀਂ ਵਿਆਹ ਤੋਂ ਆ ਰਹੇ ਸੀਗੇ ਜੀ, ਅਤੇ ਅਲਟੋ ਕਾਰ ਸੀ ਚੰਡੀਗੜ੍ਹ ਨੰਬਰ ਦੀ, 0185 ਨੰਬਰ ਸੀਗਾ। ਉਹਨੂੰ ਹਜੇ ਕਾਰ ਨੂੰ ਟੱਕਰ ਮਾਰ ਕੇ ਅੱਗੇ ਕੱਢੀ ਆ, ਅਤੇ ਥੋੜ੍ਹੀ ਜਿਹੀ ਅੱਗੇ ਜਾ ਕੇ ਉਹ ਟ੍ਰੈਫਿਕ ਦੇ ਵਿੱਚ ਰੁਕ ਗਏ। ਜਦੋਂ ਅਸੀਂ ਰੋਕ ਕੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲਬਾਤ ਹੋਈ ਆ, ਰੈਟੇਪ ਪੁਰਾਣਾ ਰੈਟੇਪ ਸੀ ਟੇਲਰ ਮੈਨ ਦੇ ਸਾਹਮਣੇ, ਉਹਦੇ ਬਾਅਦ ਜੀ ਜਦੋਂ ਅਸੀਂ ਪੁੱਛਿਆ ਵੀ ਕੀ ਗੱਲਬਾਤ ਤੁਸੀਂ ਸਾਡੀ ਟੱਕਰ ਮਾਰੀ ਆ, ਸਾਨੂੰ ਕਹਿੰਦੇ ਅਸੀਂ ਜਲਦੀ ਚਾਹੀਂ ਜਲਦੀ ਆ, ਕਿਹਾ ਜਲਦੀ ਜਾਂ ਤੁਸੀਂ ਲੋਕਾਂ ਨੂੰ ਥੱਲੇ ਦੇ ਦਿਓਗੇ ਸਾਨੂੰ, ਕੋਈ ਕਹਿੰਦੇ ਵੀ ਸਾਨੂੰ ਜਾਣ ਦਿਓ, ਅਸੀਂ ਬਹੁਤ ਜਲਦੀ ਆ, ਤੁਸੀਂ ਸਾਨੂੰ ਹਰਜਾਨਾ ਦਿਓ ਤੁਸੀਂ ਜਾਓ। ਅਤੇ ਉਹਨੇ ਕੱਢਿਆ ਪਿਸਟਲ ਜੀ, ਇੱਕ ਫਿਰ ਹਵਾਈ ਕੀਤਾ, ਦੋ ਥੱਲੇ ਮਾਰੇ, ਮਤਲਬ ਇਰਾਦਾ ਕਤਲ ਹੋ ਗਿਆ 307। ਫਿਰ ਉਹਨੇ ਮੇਰੇ ਇੱਕ ਪੈਰ 'ਚ ਮਾਰਿਆ ਜੀ, ਜਦੋਂ ਉਹਨੂੰ ਪਤਾ ਲੱਗ ਗਿਆ ਵੀ ਮੇਰੇ ਪੈਰ 'ਚ ਮਤਲਬ ਫਾਇਰਿੰਗ ਵੱਜ ਗਿਆ ਵਾ, ਅਤੇ ਦੈਨ ਉਹਨੇ ਆਪਦਾ ਭੱਜਾ ਉੱਥੋਂ ਭੱਜ ਕੇ ਮੋਟਰਸਾਈਕਲ ਇੱਕ ਪਿੱਛੋਂ ਲੈਣ ਆ ਗਿਆ ਉਹਨੂੰ ਜੀ, ਅਤੇ ਮੋਟਰਸਾਈਕਲ 'ਚ ਬਹਿ ਕੇ ਉਹਨੇ ਮੋਟਰਸਾਈਕਲ ਭਜਾਇਆ, ਪਿੱਛੇ ਉਹਨਾਂ ਗੱਡੀ ਭਜਾ ਲਈ ਜੀ। ਇਹ ਹੋਇਆ ਜੀ ਉੱਥੇ ਮੌਕੇ 'ਤੇ ਬੰਦਾ ਜੀ, ਦੋ ਬੰਦੇ ਦਾ ਪਤਾ ਲੱਗਾ ਵਾ, ਇੱਕ ਵਿਮਲਪ੍ਰੀਤ ਸੀਗਾ ਜੀ ਜੋ ਕਿ ਵਾਸੀ ਚੰਗਾੜੀ ਜਦੀਦ ਦਾ ਰਹਿਣ ਵਾਲਾ ਜੀ, ਅਤੇ ਇੱਕ ਹਰਮਨ ਸਾਮਾ ਮੁੰਡਾ ਸੀਗਾ ਜੀ, ਅਤੇ ਜਿਹਨੇ ਫਾਇਰ ਕੀਤਾ ਵਾ ਉਹ ਅਣਪਛਾਤਾ ਬੰਦਾ ਸੀ, ਉਹਨੂੰ ਆਪਣੀ ਜਾਣ ਪਛਾਣ ਨਹੀਂ ਹੈਗੀ, ਉਹ ਪੁਲਿਸ ਤਫਤੀਸ਼ ਕਰ ਰਹੀ ਆ, ਅਤੇ ਉਹ ਸਰ ਕਹਿ ਰਹੇ ਵੀ ਅਸੀਂ ਆਪੇ ਲੱਭ ਲਾਂਗੇ ਸ਼ਾਮ ਤੱਕ ਬੰਦਾ, ਕੱਲ੍ਹ ਤੱਕ ਬੰਦਾ ਲੱਭ ਲਾਂਗੇ। ਨਹੀਂ ਨਹੀਂ ਪੁਰਾਣੀ ਰੰਜਿਸ਼ ਨਹੀਂ ਜੀ, ਅਸੀਂ ਤਾਂ ਮੁੰਡਿਆਂ ਨੂੰ ਜਾਣਦੇ ਤੱਕ ਨਹੀਂ ਹੈਗੇ ਜੀ, ਪੁਰਾਣੀ ਰੰਜਿਸ਼ ਕੋਈ ਨਹੀਂ, ਟੱਕਰ ਹੋਈ ਆ। ਅਸੀਂ ਜਦੋਂ ਉਹਨਾਂ ਨੂੰ ਪੁੱਛਿਆ ਵੀ ਕਿਉਂ ਟੱਕਰ ਕੀਤੀ ਆ, ਅਤੇ ਉੱਥੋਂ ਨਾ ਗੁੱਸੇ ਜਾਵੇ ਬਸ ਫਾਇਰ ਮਾਰਿਆ ਉਦੋਂ ਜੀ, ਕੱਢ ਕੇ ਮੰਗ ਕਰਦੇ, ਇਨਸਾਫ ਦੀ ਮੰਗ ਕਰਦੇ ਹਾਂ, ਪਰਚਾ ਗਲੀਚੇ ਬੰਦੇ ਅੰਦਰ ਹੁਣ ਜੇਲ੍ਹ ਦੇ ਵਿੱਚ, 307 ਲੱਗਦੀ ਇਰਾਦਾ ਕਤਲ ਲਈ ਵੈਸੇ ਤਾਂ। ਗੋਲੀਆਂ ਮੌਕੇ 'ਤੇ ਚਾਰ ਚੱਲੀਆਂ ਜੀ, ਜਿਨ੍ਹਾਂ ਦੇ ਵਿੱਚ 3 ਦੇ ਸਾਨੂੰ ਖੋਲ ਲੱਭ ਗਏ ਆ, ਅਤੇ ਉਹ SHO ਸਾਹਿਬ ਨੂੰ ਅਸੀਂ ਬਰਾਮਦ ਕਰਾਤੇ ਆ 300 ਖੋਲ ਜਿਹੜੇ ਸੀਗੇ। ਹਾਂਜੀ, SHO ਸਾਹਿਬ ਨੇ ਕਿਹਾ ਵੀ ਅਸੀਂ ਕਾਰਵਾਈ ਕਰਾਂਗੇ ਪੂਰੀ, 307 ਦਾ ਪਰਚਾ ਕੱਟਾਂਗੇ, ਬਾਕੀ ਵੇਖੋ ਪ੍ਰਸ਼ਾਸਨ ਕੀ ਕਰਦਾ ਜੀ ਹੁਣ। ਭਾਜੀ ਮੇਰਾ ਨਾਮ ਰਣਜੋਤ ਸਿੰਘ ਹੈ ਜੀ। ਘਟਨਾ ਭਾਜੀ ਇਹ ਨਾ ਕਿਤੇ ਪਤਾ ਨਹੀਂ ਉਹਨਾਂ ਨਸ਼ਾ ਕੀਤਾ ਕੀ ਕੀਤਾ ਜੀ ਉਹਨਾਂ ਬੰਦਿਆਂ ਨੇ, ਉਹਨਾਂ ਗੱਡੀ ਲਾਈ ਇਹਨਾਂ ਕੋਲ, ਗੱਡੀ ਲਾ ਕੇ ਭਿਆ ਲਈ, ਅਲਟੋ ਨੰਬਰ ਸੀਗਾ ਚੰਡੀਗੜ੍ਹ ਨੰਬਰ ਸੀਗੀ ਗੱਡੀ, ਅਤੇ ਉਹਨਾਂ ਭਿਆ ਲਈ ਅਤੇ ਲਿਆ, ਅੱਗੇ ਸੀਗਾ ਟ੍ਰੈਫਿਕ, ਉੱਥੇ ਆ ਕੇ ਨਾ ਥੋੜ੍ਹਾ ਜਾਮ ਸੀ ਅਤੇ ਗੱਡੀ ਰੋਕ ਗਈ, ਪਿੱਛੇ ਇਹਨਾਂ ਦੀ ਸੀ, ਇਹਨਾਂ ਲਿਆ ਕੇ ਰੋਕ ਲਈ।
ਤੇ ਇਹਨਾਂ ਦਾ ਉੱਥੇ ਨਾ ਜਿਵੇਂ ਬਹਿਸ ਵਸਈਆ ਹੋ ਹੀ ਜਾਂਦਾ ਵੀ ਇਹਨਾਂ ਕਿਹਾ ਤੇ ਉਨੇ ਚਿਰ ਨੂੰ ਰਸ਼ ਸੀਗਾ ਮੇਰੀ ਦੁਕਾਨ ਸ਼ੋਪ ਲੱਗ ਗਈ ਮੈਂ ਆ ਗਿਆ ਭੱਜ ਕੇ ਉੱਥੇ ਜਿੰਨੇ ਚਿਰ ਨੂੰ ਮੈਂ ਪਹੁੰਚਿਆ ਤੇ ਮੈਂ ਇਹਨਾਂ ਨੂੰ ਹਟਾ ਤਾ ਮੈਂ ਕਿਹਾ ਯਾਰ ਛੱਡੋ ਪਰਾਂ ਆਪਾਂ ਭਰਾ ਸੱਜਣ ਵੇਲੀ ਹੈਗੇ ਹਾਂ ਸਾਰੇ ਆਪਾਂ ਇੱਥੋਂ ਰਹਿਣ ਵਾਲੇ ਹਾਂ ਵੀ ਛੱਡੋ ਪਰਾਂ ਤੇ ਮੈਂ ਛੁਡਾਉਣ ਲੱਗ ਪਿਆ ਉਹ ਪਤਾ ਨਹੀਂ ਬੰਦੇ ਨੇ ਕੀ ਨਸ਼ਾ ਕੀਤਾ ਸੀ ਕੀ ਕੀਤਾ ਸਾਨੂੰ ਇਸ ਬਾਰੇ ਨਹੀਂ ਪਤਾ ਵੀ ਉਹਦਾ ਆਪਦਾ ਪਿਸਟਲ ਸੀ ਜਾਂ ਨਜਾਇਜ਼ ਸੀ ਸਾਨੂੰ ਇਸ ਬਾਰੇ ਵੀ ਨਹੀਂ ਪਤਾ ਉਹਨੇ ਪਿਸਟਲ ਕੱਢਿਆ ਲੋਡ ਕੀਤਾ ਇੱਕ ਫਾਇਰ ਹਵਾਈ ਕੀਤਾ ਤਿੰਨ ਸਾਡੇ ਮਾਰੇ ਜਿਹਦੇ ਵਿੱਚ ਉਹ ਤਿੰਨਾਂ ਦੇ ਸਾਨੂੰ ਖੋਲ ਲੱਭੇ ਆ ਹਵਾਈ ਫਾਇਰ ਵਾਲੇ ਦਾ ਖੋਲ ਨਹੀਂ ਲੱਭਾ ਤਿੰਨ ਜਿਹੜੇ ਖੋਲ ਲੱਭਿਆ ਉਹਨੂੰ ਉਹ ਅਸੀਂ ਐਸ ਐਚ ਓ ਸਾਹਿਬ ਨੂੰ ਬਰਾਮਦ ਕਰਾਤੇ ਆ ਨਾ ਬਕਾਇਦਾ ਸਾਡੇ ਕੋਲ ਵੀਡੀਓ ਪਈ ਸਾਰਾ ਕੁਛ ਪਿਆ ਉੱਥੋਂ ਹੀ ਤੇ ਸਰਕਾਰੀ ਕੈਮਰੇ ਵੀ ਲੱਗੇ ਹੋਏ ਜਿੱਥੇ ਵਾਰਦਾਤ ਹੋਈ ਆ ਤੇ ਉਹ ਇੱਕ ਜਿਹਦੇ ਵਿੱਚ ਉਹ ਗੋਲੀ ਆਪਣੇ ਭਰਾ ਦੀ ਲੱਤ ਨੂੰ ਖਹਿ ਕੇ ਲੰਘੀ ਮੰਗ ਕੇ ਅਸੀਂ ਤਾਂ ਇਹੀ ਕਹਾਂਗੇ ਵੀ ਜੋ ਆ ਗੁੰਡਾ ਰਾਜ ਆ ਖਤਮ ਹੋਵੇ ਵੀ ਸਾਨੂੰ ਬੜੀ ਉਮੀਦ ਹੈ ਐਸ ਐਚ ਓ ਸਾਹਿਬ ਤੋਂ ਵੀ ਸਾਡੇ ਤੇ ਪੂਰੀ ਕਾਰਵਾਈ ਕਰਨਗੇ ਉਹਨਾਂ ਦੇ ਜੋ ਦੋਸ਼ੀਆਂ ਤੇ ਬਾਕੀ ਜੋ ਪ੍ਰਸ਼ਾਸਨ ਕਰਦਾ ਸਿਰ ਮੱਥੇ ਹੀ ਸਾਨੂੰ ਮਤਲਬ ਇਤਲਾਹ ਮਿਲੀ ਸੀਗੀ ਰੁਕਾ ਗਿਆ ਸੀਗਾ ਸਿਵਲ ਹਸਪਤਾਲ ਫਿਰੋਜ਼ਪੁਰ ਤੋਂ ਥਾਣੇ ਕਿ ਰਾਜਵੀਰ ਸਿੰਘ ਨੂੰ ਜਿਹੜਾ ਵੀ ਫਾਇਰ ਲੱਗਣ ਕਰਕੇ ਵੀ ਜਿਹੜਾ ਦਾਖਲ ਸਿਵਲ ਹਸਪਤਾਲ ਦੇ ਵਿੱਚ ਅਸੀਂ ਆਏ ਹਾਂ ਰਾਜਵੀਰ ਸਿੰਘ ਇੱਥੇ ਸਿਵਲ ਹਸਪਤਾਲ ਦਾਖਲ ਨੇ ਉਹਨਾਂ ਦਾ ਬਿਆਨ ਲਿਖਿਆ ਜਿਹੜੀ ਬਣਦੀ ਕਾਨੂੰਨੀ ਕਰਦੀ ਹੈ ਅਮਲ 'ਚ ਲਿਆਂਦੀ ਜਾ ਰਹੀ ਇਹਨਾਂ ਨੇ ਇਹਨਾਂ ਦੇ ਦੱਸਣ ਮੁਤਾਬਕ ਰਾਜਵੀਰ ਸਿੰਘ ਨੇ ਜੋ ਸਟੇਟਮੈਂਟ ਦਿੱਤੀ ਹੈ ਵੀ ਇੱਕ ਹਵਾਈ ਫਾਇਰ ਉੱਪਰ ਕੀਤਾ ਅਤੇ ਤਿੰਨ ਥੱਲੇ ਮਾਰਿਆ ਫਾਇਰ ਜਿਹਨਾਂ ਵਿੱਚ ਇੱਥੇ ਇਹਨਾਂ ਦੀ ਜਿਹੜਾ ਵੀ ਲੱਤ 'ਤੇ ਲੱਗਿਆ ਡਾਕਟਰ ਸਾਹਿਬ ਨੇ ਰੁਕੇ ਦੇ ਵਿੱਚ ਲਿਖਿਆ ਗੋਲੀ ਚੱਲਣ ਦੀ ਪੁਸ਼ਟੀ ਹੋਈ ਜਿਹਨੇ ਖੋਲ ਵੀ ਮਿਲੇ ਨਹੀਂ ਸਾਡੇ ਹੁਣ ਅਜੇ ਸਾਡੇ ਕੋਲ ਖੋਲ ਵਗੈਰਾ ਅਸੀਂ ਅਜੇ ਮੌਕਾ ਜਾ ਕੇ ਵੇਖਣਾ ਮਾੜਾ ਜਿਹਾ ਮੌਕਾ ਕਰਨਾ ਅਤੇ ਉਹ ਜੇ ਜਿਹੜੀ ਰਿਕਵਰੀ ਹੋ ਗਈ ਫਿਰ ਬਾਅਦ ਕਰਨਾ